ਲਾਈਨ ਆਫ ਪੰਜਾਬੀ ਇੰਡਸਟਰੀ ਜੋ ਇਹਨਾਂ ਦਿਨਾਂ ਬਾਲੀਵੁੱਡ ਵਿੱਚ ਵੀ ਖੂਬ ਚੱਲ ਰਿਹਾ ਹੈ। ਅਜੇ ਇੱਥੇ ਅਸੀਂ ਗੱਲ ਕਰ ਰਹੇ ਹਾਂ ਦਿਲਜੀਤ ਦੋਸਾਂਝ ਦੀ, ਜੋ ਬਹੁਤ ਜਲਦ ਆਪਣੇ ਫੈਨਸ ਲਈ ਲੈ ਕੇ ਆ ਰਹੇ ਨੇ ਇੱਕ ਮੂਵੀ ਦੀ ਸੌਗਾਤ, ਜਿਸ ਦਾ ਨਾਮ ਹੈ ਸੱਜਣ ਸਿੰਘ ਰੰਗਰੂਟ। ਤੇ ਮਿਸਟਰ ਸਿੰਘ ਦੇ ਫੈਨਸ ਨੂੰ ਵੀ ਹੈ ਉਹਨਾਂ ਦੀ ਇਸ ਮਚ ਅਵੇਟਡ ਫਿਲਮ ਦਾ ਇੰਤਜ਼ਾਰ। ਹੋ ਰਾਤ ਦੀ ਕਿਹੜੀ ਗੱਲ ਰਿਸਕ ਦੀ, ਤਾਂਗ ਚਿੜੀਆ ਤੇਰੇ ਇਸ਼ਕ ਦੀ, ਰਾਤ ਦੀ ਕਿਹੜੀ ਗੱਲ ਰਿਸਕ ਦੀ, ਤਾਂਗ ਚਿੜੀਆ ਤੇਰੇ ਇਸ਼ਕ ਦੀ। ਅਜੇ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਇਸ ਫਿਲਮ ਵਿੱਚ ਸਿੰਗਰ ਸੁਨੰਦਾ ਸ਼ਰਮਾ ਵੀ ਕਰੇਗੀ ਆਪਣਾ ਫਿਲਮੀ ਡੈਬਿਊ। वैसे तो हानू दास दईए कि हाल ही विच रिलीज होया है फेमस मुंबई बेस्ड फिल्म डायरेक्टर पंकज बत्रा दी अपकमिंग फिल्म सज्जन सिंह रंगरूट दा ऑफिशियल पोस्टर। खैर, इस फिल्म दे ट्रेलर लई भी हुन तुहानू लंबा इंतजार नहीं करना पाएगा, क्योंकि आन वाली 6 फरवरी नू इस फिल्म दा ट्रेलर रिलीज कीता जाएगा। वेल, ए मूवी वर्ल्ड वाइड 23 मार्च नू कीती जाएगी रिलीज, जिस दे लई तुहानू करना पाएगा बस थोड़ा जिहा 23 मार्च तक दा इंतजार। ਗਾਣਿਆਂ ਦੀ ਲੇਟੈਸਟ ਅਪਡੇਟਸ ਲਈ ਸਬਸਕ੍ਰਾਈਬ ਅਤੇ ਲਾਈਕ ਕਰੋ YouTube/SpeedRecords, ਅਤੇ ਤੁਹਾਨੂੰ ਘਰ ਬੈਠੇ ਹੀ ਮਿਲੇਗਾ ਹਿੱਟ ਸਿੰਗਰਸ ਦੇ ਨਵੇਂ ਗਾਣਿਆਂ ਦਾ ਮਜ਼ਾ।